ਗੁਰੂ ਸਾਹਿਬ ਵੱਲੋਂ ਬਖਸ਼ੀ ਹੋਈ ਫਤਿਹ ਦੀ ਪਾਓ ਸਾਂਝ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਪ੍ਰਕਰਨ ਵਿੱਚ ਸੇਵਾ ਨਿਭਾਈ ਹੈ ਇਸ ਜਥੇ ਦੀ ਸ਼ੁਰੂਆਤ ਕਰਨ ਵਾਲੇ ਬੀਬੀ ਅਮਨਦੀਪ ਕੌਰ, ਬੀਬੀ ਹਰਪ੍ਰੀਤ ਕੌਰ, ਬੀਬੀ ਜਸਪ੍ਰੀਤ ਕੌਰ। ਧੰਨ ਧੰਨ ਸ੍ਰੀ ਹਜ਼ੂਰ ਰਾਜਾ ਨਾਭ ਕਵਲ ਜੀ ਦੀ ਉਸਤਤ ਭਰਿਆ ਨਗਮਾ ਪੇਸ਼ ਕਰਨ ਜਾ ਰਹੇ ਹਾਂ ਕਿ ਸਾਡੇ ਭਾਗ ਚੰਗੇ ਕਰਮਾਂ ਬਾਲਣੇ ਹਾਂ। ਰਾਜਾ ਸਾਹਿਬ ਮਿਲਿਆ ਰੱਬੀ ਨੂਰ ਸਾਨੂੰ, ਐਸੀ ਮਸਤੀ ਹੈ ਉਸ ਦੇ ਨਾਮ ਅੰਦਰ, ਚੱਤੋ ਪਹਿਰ ਹੀ ਰਹਿੰਦਾ ਸਰੂਰ ਸਾਨੂੰ। ਸਾਨੂੰ ਗਲੀਆਂ ਦੇ ਕੱਖਾਂ ਤੋਂ ਲੱਖ ਕੀਤਾ, ਨਾਲ ਰਹਿਮਤਾਂ ਕਰਿਆ ਭਰਪੂਰ ਸਾਨੂੰ। ਅਸੀਂ ਬਲੀਆਂ ਦੇ ਵਲੀ ਦੇ ਹਾਂ ਸੇਵਕ, ਇਸੇ ਗੱਲ ਦਾ ਰਹਿੰਦਾ ਫਤੂਰ ਸਾਨੂੰ। ਦੂਰੀ ਝੱਲ ਨਹੀਂ ਸਕਦੇ ਹੁਣ ਇੱਕ ਪਲ ਦੀ, ਪਰ ਇਹ ਹੈ ਫਿਕਰ ਜ਼ਰੂਰ ਸਾਨੂੰ। ਰਾਜਾ ਸਾਹਿਬ ਜੀ ਅਰਜ ਬਲਿਹਾਰ ਦੀਏ, ਕਦੇ ਚਰਨਾਂ ਤੋਂ ਕਰੀ ਨਾ ਦੂਰ ਸਾਨੂੰ। ਹੋ ਟੁੱਟ ਜਾਵਣ ਮੁਰ ਜਾ ਜਾਂਦੇ ਨੇ, ਤਹਿਕ ਫੁੱਲ ਦੀ ਡਾਣੀ ਦੇ ਸੰਗ, ਹੋ ਤੇਰੇ ਨਾਲ ਹੈ ਸਾਡੀ ਜ਼ਿੰਦਗੀ, ਜਿਉਂ ਮਛਲੀ ਦੀ ਪਾਣੀ ਦੇ ਸੰਗ। ਕਾਣੇ ਕਾਣੇ ਵਿੱਚੋਂ ਦਿਸੇ ਤੁਹਾਡਾ ਨੂਰ ਜੀ, ਇਹ
हे मेरे राजा साहब, तेरा लख लख शुक्र है कि मैं इस जन्म विच भी आप जी की सेवा विच हाँ। मैं पाका वाला हाँ। हे महाराज, मैं चाहना हाँ मेरा जद भी जन्म होवे आप जी की सेवा विच ही जीवन बतीत करा।